ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਕੀਤਾ ਗਿਆ ਰਿਸ਼ਵਤ ਮਾਮਲੇ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਪੇਸ਼ ਤੇ 27 ਤਰੀਕ ਤੱਕ ਦਾ ਕੀਤਾ ਗਿਆ ਬਿਜ਼ਨਸ ਵੱਲੋਂ ਉਸ ਦਾ ਰਿਮਾਂਡ ਹਾਸਲ। ਬਿਜ਼ਨਸ ਦੇ ਡੀਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਿਤ ਰਤਨ ਕੋਟਫੱਤਾ ਜੋ ਬਠਿੰਡਾ ਦਿਹਾਤੀ ਤੋਂ ਵਿਧਾਇਕ ਹਨ ਉਹਨਾਂ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਛੰਭੂ ਬਾਰਡਰ ਦੇ ਨੇੜੋਂ ਗ੍ਰਿਫਤਾਰ ਕੀਤਾ ਅਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ 27 ਤਰੀਕ ਤੱਕ ਦਾ ਰਿਮਾਂਡ ਮਿਲ ਗਿਆ। ਉਹਨੂੰ ਫਿਰ ਤੋਂ ਦੁਬਾਰਾ 27 ਤਰੀਕ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਦੇਖ ਲਓ ਤਸਵੀਰਾਂ, ਵੱਡੀ ਗਿਣਤੀ ਪੁਲਿਸ ਫੋਰਸ ਲਗਾਈ ਗਈ ਹੈ ਅਤੇ ਅੱਜ ਅਮਿਤ ਰਤਨ ਕੋਟਫੱਤਾ ਜੋ ਬਠਿੰਡਾ ਦਿਹਾਤੀ ਦੇ ਵਿਧਾਇਕ ਹਨ ਉਹਨਾਂ ਨੂੰ ਰਿਸ਼ਵਤ ਕਾਂਡ ਦੇ ਮਾਮਲੇ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਵੱਡੀ ਗਿਣਤੀ ਪੁਲਿਸ ਫੋਰਸ ਇੱਥੇ ਲਗਾਈ ਗਈ ਹੈ। ਰਸ਼ਮੀ ਗਰਗ ਹੈ ਉਹਦਾ ਕੱਲ੍ਹ ਤੱਕ ਦਾ नाम है ਰਿਮਾਂਡ ਉਹਨਾਂ ਵੱਲੋਂ ਦਿਖਾਈ ਗਈ ਹੈ। ਕਿਹੜਾ ਕਿੰਨਾ ਰਿਮਾਂਡ ਹੈ ਜੀ ਰਤਨ ਜੀ ਦਾ? 27 ਤੱਕ ਹੈ ਜੀ। ਅੱਛਾ, ਧਾਰਾ ਕਿਹੜੀ ਲਾਈ ਗਈ ਹੈ ਜੀ? ਧਾਰਾ ਕਿਹੜੀ ਲਾਈ? 7-13-2 ਪੀਸੀ ਐਕਟ। ਅੱਛਾ, ਤੁਹਾਡੇ ਵੱਲੋਂ ਕਿਹੇ ਜਾਂ ਪੰਜਾਬ ਪੱਟ ਵੱਲੋਂ ਵਕੀਲ? ਅਸੀਂ ਤਾਂ ਕਿਹਾ ਸਾਰੀ ਫੈਬਰੀਕੇਸ਼ਨ ਹੈ, ਕੋਈ ਰਿਕਵਰੀ ਨਹੀਂ ਹੋਈ, ਸਾਰੀ ਪਲਾਂਟੇਸ਼ਨ ਹੈ। ਅੱਛਾ, ਹਾਂਜੀ। ਰਿਸ਼ਮ ਜੀ ਦਾ ਕਿੰਨੇ ਦਿੰਦਾ ਜੀ? ਕੱਲ ਤੱਕ ਦਾ ਜੀ, ਕੱਲ ਤੱਕ ਦਾ। ਠੀਕ, ਇਹਦਾ ਆਪਣਾ 27 ਤੱਕ ਦਾ ਜੀ। ਠੀਕ, ਥੈਂਕ ਯੂ ਸਰ। ਰਿਮਾਂਡ ਹੈ ਜਿਹੜਾ ਜੀ ਅੱਜ 5 ਦਿਨ। ਕੀ ਨਾਮ ਹੈ ਸਰ ਤੁਹਾਡਾ? ਕੀ ਨਾਮ ਹੈ ਤੁਹਾਡਾ? ਡੀਐਸਪੀ ਕੁਲਵੰਤ ਸਿੰਘ, ਬਿਜ਼ਨਸ ਬਿਊਰੋ। ਸਰ, ਅੱਜ ਦੀ ਜਿਹੜੀ ਪੇਸ਼ੀ ਹੋਈ ਹੈ ਉਹਦੇ ਵਿੱਚ ਦੱਸ ਦਿਓ ਕਿ ਐਮਐਲਏ ਨੂੰ ਵੀ ਪੇਸ਼ ਕੀਤਾ ਗਿਆ, ਅਪਡੇਟ ਕੀ ਹੈ? ਐਮਐਲਏ ਦੇ ਖਿਲਾਫ ਹੈ ਉਹ ਦੱਸ ਸਾਡੇ ਕੋਲੇ ਆਈ ਸੀ ਕਿਤੇ ਜੋ ਉਹਨੂੰ ਨੋਮੀਨੇਟ ਕੀਤਾ ਗਿਆ। ਅਸੀਂ ਉਹਨਾਂ ਦੀ ਫਿਰ ਪਰਮਿਸ਼ਨ ਪੇਜ ਤੇ ਚੈੱਕ ਕੀਤੀ, ਉਹਨੂੰ ਦੇਖ ਕੇ 22 ਤਰੀਕ ਨੂੰ ਉਹਨਾਂ ਨੂੰ ਸਾਡੀ ਪਰਮਿਸ਼ਨ ਨਾਲ ਆਊਟ ਹੋਣ ਤੇ ਅਸੀਂ ਉਹਨੂੰ ਨੋਮੀਨੇਟ ਕੀਤਾ। ਨੋਮੀਨੇਟ ਕਰਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ। ਸਰ, ਅਰੈਸਟ ਕਿੱਥੋਂ ਕੀਤਾ ਗਿਆ ਜੀ? ਨਾ ਇਹ ਛੰਭੂ ਗੌਰਪੁਰ ਦੇ ਨੇੜੇ। ਸਾਰੀਆਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜੋ ਅਰੈਸਟ ਕੀਤਾ ਹੈਗਾ ਤਾਂ ਉਹ ਗਰਾਊਂਡ ਦੇ ਆਧਾਰ ਤੇ ਦਰਜ ਕਰਕੇ ਅਰੈਸਟ ਕੀਤਾ। ਉਸ ਦਿਨ ਗਰਾਊਂਡ 'ਚ ਹੈ ਨਹੀਂ ਸੀਗੇ। ਸਰ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਇਹਨਾਂ ਦਾ? 27 ਤਰੀਕ ਤੱਕ ਰਿਮਾਂਡ ਮਿਲਿਆ, 27 ਨੂੰ ਪੇਸ਼ ਕਰਨਾ ਹੈਗਾ। ਉਸ ਦੂਸਰੇ ਬੰਦੇ ਦਾ ਜਿਹੜਾ ਅਸੀਂ ਲੋਕੇਸ਼ਨ ਦੇ ਉੱਤੇ ਲੈ ਕੇ ਜਾਣਾ, ਜਿੱਥੇ ਉਹਦੀ ਆਫਿਸ ਵਿੱਚ ਸੈਟਿੰਗ ਹੋਈ ਹੈ, ਉਹ ਲੋਕੇਸ਼ਨ ਨੂੰ ਵੈਰੀਫਾਈ ਕਰਾਉਣਾ ਉਹਦਾ ਇੱਕ ਬੰਦਾ। ਥੈਂਕ ਯੂ।